ਮੈਂ ਤੁਹਾਡੀ ਆਪਣੀ ਗੁਰਪ੍ਰੀਤ ਕੌਰ ਭੰਗੂ, ਅੱਜ ਮੈਂ ਮਾਲਵੇ ਦੀ ਧਰਤੀ ਬਠਿੰਡੇ 'ਚ ਖੜ੍ਹੀ ਹਾਂ ਬਲੱਡ ਬੈਂਕ ਦੇ ਸਾਹਮਣੇ। ਬਹੁਤ ਹੀ ਕਹਿੰਦੇ ਜਿਹੜਾ ਖੂਨਦਾਨ ਹੈ ਇਹ ਮਹਾਂਦਾਨ ਹੈ, ਸਭ ਤੋਂ ਉੱਤਮ ਦਾਨ ਹੈ, ਕਿਉਂਕਿ ਬਹੁਤ ਸਾਰੇ ਲੋਕ ਧਰਤੀ ਤੋਂ ਇਸ ਕਰਕੇ ਚਲੇ ਜਾਂਦੇ ਨੇ ਕਿ ਉਹਨਾਂ ਨੂੰ ਖੂਨ ਨਹੀਂ ਮਿਲਦਾ। ਪਰ ਜਦੋਂ ਅਸੀਂ ਕਿਸੇ ਗੱਲ ਦਾਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਪੈਸੇ ਦੇ ਰੂਪ ਦੇ ਵਿੱਚ ਜਿੰਨਾ ਮਰਜ਼ੀ ਦੇ ਦਈਏ, ਜਦੋਂ ਸਾਨੂੰ ਖੂਨ ਦੀ ਲੋੜ ਹੈ ਉਦੋਂ ਖੂਨ ਦੀ ਵੀ ਹੁੰਦੀ ਹੈ। ਅੱਜ ਮੈਂ ਮਾਣ ਮਹਿਸੂਸ ਕਰ ਰਹੀ ਹਾਂ ਕਿ ਇਸ ਇਲਾਕੇ ਦਾ ਜੰਮਪਲ ਗੁਰਸੇਵ ਕਬੀਰ ਦੀ ਜਿਹੜੀ ਕਿਤਾਬ ਹੈ ਚਮਚੇ, ਮੈਨੂੰ ਪੂਰਾ ਪਤਾ ਹੈ ਹਾਸ ਰਸ ਦੇ ਨਾਲ ਨਾਲ ਬਹੁਤ ਸੁਨੇਹਾ ਵੀ ਦੇ ਕੇ ਜਾਊਗੀ। ਇਹ ਬੁੱਕ ਅੱਜ ਰਿਲੀਜ਼ ਕਰੀ ਹੈ, ਮੈਨੂੰ ਮੌਕਾ ਦਿੱਤਾ ਹੈ, ਮੈਂ ਮਾਣ ਮਹਿਸੂਸ ਕਰਦੀ ਹਾਂ ਕਿਉਂਕਿ ਮੈਂ ਇਸ ਇਲਾਕੇ ਦੀ ਧੀ ਵੀ ਹਾਂ। ਸੋ ਤੁਸੀਂ ਸਾਰੇ ਕਿਤਾਬ ਨੂੰ ਬਹੁਤ ਮਾਣ ਦਿਓ ਅਤੇ ਹਮੇਸ਼ਾ ਖੂਨਦਾਨ ਵੀ ਕਰਿਆ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਡੀ ਨਿਊਜ਼ ਪੰਜਾਬ ਅਤੇ ਮੈਂ ਹਾਂ ਤੁਹਾਡਾ ਦੋਸਤ ਸੁਖਜਿੰਦਰ ਰੋਮਾਣਾ। ਅੱਜ ਠੰਡ ਦਾ ਵੀ ਬਹੁਤ ਜ਼ੋਰ ਹੈਗਾ ਬਠਿੰਡਾ, ਜਿਵੇਂ ਦੱਸਿਆ ਕਿ ਪਹਾੜਾਂ ਤੋਂ ਵੀ ਠੰਡਾ ਰਿਹਾ ਪਿਛਲੇ ਦਿਨਾਂ 'ਚ, ਅਤੇ ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਵਿਖੇ ਇੱਕ ਕਿਤਾਬ ਦਾ ਜਿਹੜਾ ਰਿਲੀਜ਼ ਸਮਾਰੋਹ ਉੱਥੇ। ਸੋ ਆਪਾਂ ਕਿਤਾਬ ਬਾਰੇ ਅਤੇ ਉਹਨਾਂ ਦੇ ਲੇਖਕ ਬਾਰੇ ਗੱਲਬਾਤ ਤੁਹਾਡੇ ਨਾਲ ਕਰਾਂਗੇ। ਸੋ ਮਿਲਦੇ ਹਾਂ ਜੀ ਲੇਖਕ ਨੇ ਗੁਰਸੇਵ ਕਬੀਰ ਬਠਿੰਡਾ ਤੋਂ। ਸੋ ਵੀਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਡੀ ਨਿਊਜ਼ 'ਤੇ। ਹਾਂ, ਸਭ ਤੋਂ ਪਹਿਲਾਂ ਰਮਾਣਾ ਜੀ ਮੇਰੇ ਵੱਲੋਂ ਤੁਹਾਨੂੰ ਅਤੇ ਡੀ ਨਿਊਜ਼ ਵੇਖਣ ਵਾਲੇ ਤਮਾਮ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਡੇ ਇਸ ਖੁਸ਼ੀਆਂ ਦੇ ਪਲਾਂ ਦੇ ਵਿੱਚ ਸਾਡੇ ਕੋਲ ਪਹੁੰਚੇ ਜੀ। ਸ਼ੁਕਰੀਆ ਜੀ। ਵੀਰ ਸਾਹਿਬ, ਅੱਜ ਦੀ ਜਿਹੜੀ ਤੁਹਾਡੀ ਕਿਤਾਬ ਦੀ ਘੁੰਡ ਚੁਕਾਈ ਹੋਈ ਹੈ, ਉਸ ਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ। ਰਮਾਣਾ ਜੀ, ਮੈਂ ਕਾਲਜ ਪੜ੍ਹਨ ਵੇਲੇ ਮੈਨੂੰ ਇੱਕ ਬਿਮਾਰੀ ਲੱਗੀ ਸੀ ਲਿਖਣ ਦੀ, ਜਿਹੜੀ ਅੱਜ ਮਤਲਬ ਕਾਫੀ ਚੌਥੀ ਪੰਜਵੀਂ ਸਟੇਜ 'ਤੇ ਪਹੁੰਚ ਗਈ, ਕਿਉਂਕਿ ਅੱਜ ਇਹ ਪੰਜਵੀਂ ਕਿਤਾਬ ਹੈ ਅਤੇ ਵੈਸੇ ਚੌਥੀ ਸਟੇਜ 'ਤੇ ਕਹਿੰਦੇ ਵੀ ਖਤਰਾ ਹੁੰਦਾ, ਅਤੇ ਮੈਂ ਕਹਿਣਾ ਵੀ ਸੀ ਕਹਿੰਦੇ ਹੁਣ ਇਹ ਵਧੀ ਜਾਵੇਗਾ ਸਾਨੂੰ। ਹਾਂ, ਅਸੀਂ ਵੀ ਦੁਆ ਕਰਦੇ ਹਾਂ ਕਿ ਇਹ ਬਿਮਾਰੀ ਹੈ ਜਿਹੜੀ ਲੇਖਕ ਦੇ ਜਿਹੜੇ ਅੰਦਰਲੇ ਭਾਵਨੇ ਵੱਧਦੇ ਫੁੱਲਦੇ ਰਹਿਣ। ਸੋ ਅੱਛਾ, ਕਿਤਾਬ ਦੇ ਬਾਰੇ ਦੱਸੋ ਜੀ, ਸਾਡੇ ਕੀ ਨਾਮ ਹੈ ਕਿਤਾਬ ਦਾ? ਕੀ ਨਾਮ? ਰਮਾਣਾ ਜੀ, ਬਹੁਤ ਖਤਰਨਾਕ ਹੈ ਜੀ। ਰੱਖ ਤਾਂ ਮੈਂ ਲਿਆ, ਪਰ ਹੁਣ ਮੈਂ ਉਹ ਨਾਮ ਤੋਂ ਵੇਖ ਕੇ ਡਰੀ ਜਾਂਦਾ ਜੀ। ਜੀ, ਨਾਮ ਇਹਦਾ ਰੱਖ ਲਿਆ ਚਮਚੇ ਜੀ। ਜੀ, ਅਤੇ ਇਹ ਜਿਹੜੀ ਹਾਸ ਵਿਅੰਗ ਅਤੇ ਕੱਲਾ ਵਿਅੰਗ ਕਵਿਤਾ ਦੀ ਕਿਤਾਬ ਹੈ, ਇਹਦੇ ਵਿੱਚ ਕਾਫੀ ਸਾਰਾ ਕੌੜਾ ਸੱਚ ਲਿਖਿਆ ਗਿਆ। ਊਂ ਤਾਂ ਇਹ ਤੋਂ ਪਹਿਲਾਂ ਮੇਰੀ ਕਿਤਾਬ ਸੀ ਜਿਹੜੀ, ਉਹਦੇ ਵਿੱਚ ਵੀ ਮੈਂ ਥੋੜ੍ਹਾ ਜਿਹਾ ਜਿਵੇਂ ਆਪਾਂ ਬਾਗੀ ਟਾਈਪ ਲਾ ਲਓ ਜਾਂ ਸੱਚ ਹੈ ਕੌੜਾ ਸੱਚ ਲਿਖਿਆ, ਕਾਫੀ ਬੰਦਿਆਂ ਨੇ ਉਹਦੇ 'ਤੇ ਮੁੱਖ ਬੰਧ ਲਿਖਣ ਤੋਂ ਵੀ ਕੰਨੀ ਕਤਰਾ ਗਏ ਸੀਗੇ ਵੀ ਯਾਰ ਇੰਨਾ ਸੱਚ ਨਾ ਬੋਲ, ਪਰ ਇਹਦੇ 'ਚ ਤਾਂ ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਹੋਰ ਮਿਰਚ ਮਸਾਲਾ ਹੋਰ ਪਾਇਆ, ਅਤੇ ਕਿਉਂਕਿ ਇਹਦੇ ਬਿਨਾਂ ਸਰਦਾ ਨਹੀਂ। ਜੇ ਲੇਖਕ ਹੈ ਉਹ ਸੱਚ ਨਹੀਂ ਲਿਖ ਸਕਦਾ, ਸੱਚ ਬੋਲ ਨਹੀਂ ਸਕਦਾ, ਤਾਂ ਮੈਂ ਕਹਿੰਦਾ ਵੀ ਉਹਨੂੰ ਕਲਮ ਚੱਕਣ ਦਾ ਕੋਈ ਅਧਿਕਾਰ ਨਹੀਂ। ਬੇਸ਼ੱਕ ਵਿਅੰਗ ਹੈ ਜਿਹੜਾ ਅਸੀਂ ਇਹ ਹੱਸ ਕੇ ਟਾਲ ਦਿੰਦੇ ਹਾਂ, ਪਰ ਅਸਲ ਵਿੱਚ ਜਿਹੜਾ ਵਿਅੰਗਕਾਰ ਹੁੰਦਾ ਨਾ, ਉਹਦਾ ਦਿਲ ਵੀ ਬਹੁਤ ਮੱਚਿਆ ਪਿਆ ਹੁੰਦਾ, ਸਿਸਟਮ ਦੇ ਵਿੱਚ ਕੋਈ ਚੀਜ਼ ਗੱਲ ਹੁੰਦੀ ਹੈ, ਉਹ ਕਾਫੀ ਕੁਛ ਇਹਦੇ ਵਿੱਚੋਂ ਮਿਲੂਗਾ, ਥੋੜ੍ਹੀ ਥੋੜ੍ਹੀ ਗੁਦਗੁਦੀ ਵੀ ਕਰੂਗੀ, ਹਸਾਊਗੀ ਵੀ, ਕਿਉਂਕਿ ਸਾਰਾ ਕੁਛ ਨੂਣ ਮਿਰਚ ਮਸਾਲਾ ਬੈਲੈਂਸ ਬਣਾ ਕੇ ਰੱਖਿਆ। ਹਾਂ, ਅਸੀਂ ਦਰਸ਼ਕਾਂ ਨੂੰ ਵੀ ਗੁਜ਼ਾਰਿਸ਼ ਕਰਾਂਗੇ ਕਿ ਇਹ ਜਿਹੜੀ ਕਿਤਾਬ ਹੈਗੀ ਹੈ ਗੁਰਸੇਵ ਕਬੀਰ ਜੀ ਦੀ ਚਮਚੇ, ਤੁਸੀਂ ਸਾਰਿਆਂ ਨੇ ਪੜ੍ਹਿਓ ਅਤੇ ਤੁਸੀਂ ਖੁਦ ਜਾਣਿਓ ਕਿ ਇਹਦੇ ਵਿੱਚ ਕੀ ਹੈ, ਕੀ ਕਿਹੜੇ ਕਿਹੜੇ ਸਮਾਜ ਦੀਆਂ ਜਿਹੜੀਆਂ ਬੁਰਾਈਆਂ ਨੇ ਜਾਂ ਕਿਹੜੇ ਕਿਹੜੇ ਪੱਖ ਨੇ ਉਹਨਾਂ 'ਤੇ ਇਹਨਾਂ ਨੇ ਆਪਣੀ ਚੋਟ ਕਰੀ ਹੈਗੀ। ਸੋ ਇਹ ਕਿਤਾਬ ਹੈ ਜਿਹੜੀ ਚਮਚੇ। ਵੀਰ ਸਾਹਿਬ, ਤੁਹਾਡੀ ਜਿਹੜੀ ਲੇਖਣੀ ਦਾ ਦੌਰ ਕਦੋਂ ਤੋਂ ਸ਼ੁਰੂ ਹੋਇਆ ਅਤੇ ਕੀ ਕੀ ਤੁਸੀਂ ਉਹਦੇ 'ਚ ਰਚਿਆ ਜੀ? ਰਮਾਣਾ ਸਾਹਿਬ, ਜਿਹੜਾ ਮੇਰਾ ਲੇਖਣੀ ਦਾ ਦੌਰ ਮੈਂ ਦੱਸਿਆ ਸੀ, ਕਾਲਜ ਪੜ੍ਹਦੇ ਸਮੇਂ ਬਿਮਾਰੀ ਲੱਗੀ ਸੀ 93 ਦੇ ਕਰੀਬ। ਹੌਲੀ ਹੌਲੀ ਪਹਿਲਾਂ ਤਾਂ ਸਿੰਪਲ ਜੀ ਕਵਿਤਾ ਜੀ ਲਿਖੀ ਸੀ, ਗੀਤ ਲਿਖੇ ਸੀਗੇ, ਹੌਲੀ ਹੌਲੀ ਜਦੋਂ ਮੈਂ ਵੇਖਿਆ ਵੀ ਵਿਅੰਗ ਵਾਲਾ ਅਤੇ ਖਾਸ ਕਰਕੇ ਕਾਵਿ ਵਿਅੰਗ ਵਾਲਾ ਖੇਤਰ ਹੈ ਜਿਹੜਾ, ਇੱਥੇ ਬਹੁਤ ਘੱਟ ਬੰਦੇ ਆਪਦੀ ਕਲਮ ਜਮਾਈ ਕਰਦੇ ਆ, ਕਿਉਂਕਿ ਹਸਾਉਣਾ ਅੱਜ ਕੱਲ੍ਹ ਹਰੇਕ ਬੰਦੇ ਦਾ ਕੰਮ ਨਹੀਂ, ਬਿਲਕੁਲ, ਅਤੇ ਇਹ ਖੇਤਰ ਬਹੁਤ ਔਖਾ। ਇਹ ਮੈਂ ਚੁਣਿਆ, ਆਹ ਕਿਤਾਬ ਹੈ ਜਿਹੜੀ ਮੇਰੀ ਮਤਲਬ ਥੋੜ੍ਹਾ ਜਿਹਾ ਇਸ ਪਾਸੇ ਨੂੰ ਜਾਂਦੀ ਹੈ। ਤੋਂ ਪਹਿਲਾਂ ਵਾਲੀ ਜਿਹੜੀ ਕਿਤਾਬ ਸੀ ਉਹਦੇ 'ਚ ਸਮਾਜ ਸੁਧਾਰਕ ਗੀਤ ਸੀਗੇ ਬੱਚਿਆਂ ਦੇ ਬੋਲਣ ਵਾਲੇ, ਬਹੁਤ ਵਧੀਆ ਉਹਨੂੰ ਵੀ ਰਿਸਪੌਂਸ ਮਿਲਿਆ। ਇਸ ਤੋਂ ਇਲਾਵਾ ਮੇਰੇ ਵੱਡੇ ਭਾਈ ਔਲਖ ਸਾਹਿਬ ਨਾਲ ਖੜ੍ਹੇ ਆ, ਅਸੀਂ ਇੱਕ ਪੰਜਾਬੀ ਸਾਹਿਤ ਸਭਾ ਮੁਕਤਸਰ ਦੇ
28 ਬੰਦੇ ਚੁਣੇ ਪਏ ਆ, ਜਿਹਨਾਂ ਦੇ ਵਿੱਚੋਂ ਇਹ ਵੀ ਨੇ ਅਤੇ ਮੈਂ ਵੀ ਹੈ। ਇਹਨਾਂ ਨਾਲ ਸਾਡੀਆਂ ਕੁਸ਼ਤੀਆਂ ਕੋਰੜਾ ਛੰਦ 'ਤੇ ਸਪੈਸ਼ਲ ਹੁੰਦੀਆਂ ਅਤੇ ਇਹਨਾਂ ਨੂੰ ਮੁਬਾਰਕ ਕੇ ਪਿੱਛੇ ਜੇ ਇਹਨਾਂ ਨੇ ਜਿੱਤਿਆ ਅਤੇ ਪਰ ਇਹ ਜਿੱਤ ਕੇ ਵੀ ਇਹਨਾਂ ਨੇ ਮੈਨੂੰ ਹਾਰਿਆ ਮਹਿਸੂਸ ਨਹੀਂ ਕਰਨ ਦਿੱਤਾ ਅਤੇ ਮੈਂ ਕਹਿੰਦਾ ਵੀ ਜੇ ਸਾਡੇ ਐਂ ਕੁਸ਼ਤੀਆਂ ਹੁੰਦੀਆਂ ਰਹਿਣ ਅਤੇ ਆਉਣ ਵਾਲੀ ਕਿਤਾਬ ਸ਼ਾਇਦ ਸਾਡੀ ਕੋਰੜੇ ਦੀ ਵੀ ਹੋ ਸਕਦੀ ਹੈ। ਵੀਰ ਸਾਹਿਬ ਹੁਣ ਫਿਰ ਦੁਬਾਰਾ ਉੱਥੇ ਆਉਂਦੇ ਹਾਂ, ਤੁਹਾਡੀ ਕਿਤਾਬ ਦਾ ਜਿਹੜਾ ਅੱਜ ਹੁਣ ਚੁਕਾਈ ਹੋਈ ਹੈ, ਜਿਹੜੀ ਇਹ ਜਗ੍ਹਾ ਹੈਗੀ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਜਿਹੜਾ ਵਿਚਲਾ ਬਲੱਡ ਬੈਂਕ ਹੈ, ਇਸੇ ਜਗ੍ਹਾ ਨੂੰ ਕਿਉਂ ਤੁਸੀਂ ਚੁਣਿਆ? ਹਾਂ ਰਮਾਣਾ ਸਾਹਿਬ, ਇੱਕ ਤਾਂ ਐਂ ਵੀ ਬਠਿੰਡੇ ਪੁਸਤਕ ਦਾ ਬਹੁਤ ਵੱਡਾ ਮੇਲਾ ਟੀਚਰ ਹੋਮ 'ਚ ਵੈਸੇ ਚੱਲ ਰਿਹਾ, ਠੀਕ ਹੈ, ਪਰ ਮੈਂ ਇਹ ਜਗ੍ਹਾ ਕਿਉਂ ਚੁਣੀ ਹੈ, ਮੈਨੂੰ ਵੀ ਉੱਥੇ ਮਤਲਬ ਮੈਂ ਰਿਲੀਜ਼ ਕਰ ਸਕਦਾ ਸੀ, ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜਾ ਲੇਖਕ ਹੈ ਉਹ ਸਿਰਫ ਇਕੱਲੀ ਕਲਮ ਨਾਲ ਸਮਾਜ ਨੂੰ ਕੋਈ ਗੱਲ ਦੱਸਣ ਦੀ ਕੋਸ਼ਿਸ਼ ਨਾ ਕਰੇ, ਸਮਾਜ ਲਈ ਵੀ ਜੀਵੇ। ਮੈਂ ਰਮਾਣਾ ਸਾਹਿਬ ਇਹ ਕਿਤਾਬ ਰਿਲੀਜ਼ ਕਰਨ ਤੋਂ ਪਹਿਲਾਂ ਖੁਦ ਬਲੱਡ ਡੋਨੇਟ ਕੀਤਾ, ਅੱਜ ਮੇਰੀ 51ਵੀਂ ਡੋਨੇਸ਼ਨ ਹੈ, ਅਤੇ ਦੂਸਰੀ ਮੇਰੇ ਦਿਲ ਦੇ ਵਿੱਚ ਇਹ ਖੁਸ਼ੀ ਸੀ ਵੀ ਜਿਹੜੀ ਮੇਰੀ ਇਸ ਕਿਤਾਬ ਦੇ ਮਤਲਬ ਉਦਘਾਟਨ ਦੇ ਜਾਂ ਘੁੰਡ ਚੁਕਾਈ ਦੇ ਰਸਮ ਦੇ ਮੌਕੇ ਜੋ ਵੀ ਬੰਦੇ ਆਉਣ ਉਹ ਸਮਾਜ ਸੇਵਾ ਨਾਲ ਜੁੜੇ ਹੋਣ, ਅਤੇ ਮੈਨੂੰ ਬਹੁਤ ਖੁਸ਼ੀ ਹੋਈ ਵੀ ਗੁਰਪ੍ਰੀਤ ਕੌਰ ਭੰਗੂ ਸਾਡੇ ਬਠਿੰਡੇ ਦੇ ਬਹੁਤ ਅੱਜ ਕੱਲ੍ਹ ਪੰਜਾਬੀ ਫਿਲਮਾਂ ਦੇ ਮੰਨੇ ਪਰਮੰਨੇ ਆਰਟਿਸਟ ਨੇ, ਉਹਨਾਂ ਨੇ ਮੇਰੀ ਕਿਤਾਬ ਰਿਲੀਜ਼ ਕਰੀ ਹੈ, ਅਤੇ ਉਹ ਫਿਲਮੀ ਐਕਟਰ ਹੋਣ ਦੇ ਨਾਲ ਨਾਲ ਬਹੁਤ ਵੱਡੇ ਸਮਾਜ ਸੇਵਕ ਹੈ। ਸਰਹੰਦ ਪਿਛਲੇ ਦਿਨੀ 2 ਦਿਨਾਂ ਦਾ ਉਹਨਾਂ ਨੇ ਕੈਂਸਰ ਦਾ ਜਿਹੜਾ ਕੈਂਪ ਲਗਾਇਆ ਸੀਗਾ, ਅਤੇ ਅੱਜ ਵੀ ਆਪਦੀ ਬਹੁਤ ਤਰਜੀਹ ਮੈਂ ਭਰੀ ਜ਼ਿੰਦਗੀ ਦੇ ਵਿੱਚੋਂ ਜਿਹੜਾ ਮੈਨੂੰ ਮੇਰੀ ਕਿਤਾਬ ਵਾਸਤੇ ਸਮਾਂ ਦਿੱਤਾ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬਾਕੀ ਹਾਸ ਰਸ ਕਵੀ ਸ਼ਮਸ਼ੇਰ ਮੱਲੀ ਜਿਹੜਾ ਅੱਜ ਕੱਲ੍ਹ ਫੇਸਬੁੱਕ 'ਤੇ ਗੁਰਚੇਤ ਚਿੱਤਰਕਾਰ ਨਾਲ ਬਾਈ ਚੱਲ ਰਿਹਾ, ਇਹਨਾਂ ਨੇ ਵੀ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢਿਆ, ਮੇਰੇ ਭਰਾ ਨੇ ਬਾਈ ਕੁਲਦੀਪ ਬੰਗੀ ਨੇ ਮੇਰੀ ਬਾਂਹ ਫੜ ਕੇ ਕਿਤਾਬ ਨੂੰ ਛਪਵਾਉਣ ਤੱਕ ਇੱਥੋਂ ਤੱਕ ਜਿਹੜਾ ਉਹ ਯੋਗਦਾਨ ਦਿੱਤਾ, ਅਤੇ ਬਾਈ ਰੰਗੀਲਾ ਇਹ ਤਾਂ ਮੇਰੇ ਹੁੱਜਾ ਮਾਰੀ ਜਾਂਦਾ ਸੀਗਾ ਕਿਤੇ ਦਾ ਵੀ ਕੁਛ ਨਾ ਕੁਛ ਕਰ, ਤੂੰ ਕੁਛ ਨਾ ਕੁਛ ਕਰ, ਵੀ ਮੈਨੂੰ ਸੌਣ ਨਹੀਂ ਦਿੰਦਾ, ਕਹਿੰਦਾ ਮਤਲਬ ਸੁਪਨੇ ਵਿੱਚ ਵੀ ਅਤੇ ਦਿਨੇ ਵੀ। ਅਤੇ ਅੱਜ ਬਾਈ ਗੁਰਮੀਤ ਸ਼ਿੰਦਾ ਉਹ ਵੀ ਪੰਜਾਬੀ ਫਿਲਮਾਂ ਦਾ ਨਵਾਂ ਸਾਖਰ ਹੈ, ਉਹ ਵੀ ਅੱਜ ਆਇਆ ਸੀਗਾ ਕੁਛ ਰਜੇਵਾਂ ਕਰਕੇ ਚਲਾ ਗਿਆ, ਹੋਰ ਵੀ ਬਹੁਤ ਸਾਰੇ ਵਿਜੇ ਭੱਟ ਜੀ ਜਿਨ੍ਹਾਂ ਨੇ ਮਤਲਬ ਮੇਰਾ ਖੂਨ ਉਹਨਾਂ ਨੇ ਸਹੁੰ ਖਾਧੀ ਹੈ ਵੀ ਇਹਦਾ ਖੂਨ ਛੱਡਣਾ ਹੀ ਨਹੀਂ, ਅਤੇ ਮੈਂ ਆਖਿਆ ਵੀ ਜਿੰਨਾ ਮਰਜ਼ੀ ਕੱਢ ਲਾ ਮੈਂ ਉਨਾ ਬਣਾਈ ਜਾਊਂਗਾ, ਅਤੇ ਮੈਨੂੰ ਲੱਗਦਾ ਵੀ ਅਸੀਂ ਸੈਂਚਰੀ ਮਾਰਾਂਗੇ। ਅਤੇ ਨਰੇਸ਼ ਪਠਾਨੀਆ ਜੀ ਜਿਹੜੇ ਸਾਨੂੰ ਮਤਲਬ ਲੋੜਵੰਦਾਂ ਦੀ ਮਦਦ ਕਰਨ ਵਾਸਤੇ ਕਰਦੇ ਆ, ਇਹ ਚੀਜ਼ ਕਰਕੇ ਮੈਂ ਇਹੀ ਗੱਲ ਦੱਸਣਾ ਚਾਹੁੰਦਾ ਸੀਗਾ ਵੀ ਜਿਹੜੀ ਕਿਤਾਬ ਹੈ ਨਾ ਇਕੱਲਾ ਲਿਖਣਾ ਹੀ ਨਹੀਂ, ਅਸੀਂ ਕੁਛ ਸਮਾਜ ਨੂੰ ਦੇਣਾ ਜੀ, ਬਿਲਕੁਲ, ਜੇ ਅਸੀਂ ਦਿਸਦੇ ਹਾਂ ਉਹੀ ਜੀ ਸਾਡੀ ਜ਼ਿੰਦਗੀ ਹੋਵੇ, ਬਿਲਕੁਲ। ਹਾਂ ਨਹੀਂ ਆਮ ਤੌਰ 'ਤੇ ਵੇਖਿਆ ਵੀ ਲੇਖਕ ਹੁੰਦੇ ਲਿਖੀ ਜਾਂਦੇ ਆ ਬਹੁਤ ਕੁਛ, ਪਰ ਜਿਹੜੀ ਅਸਲੀ ਆਪਦਾ ਜਿਹੜਾ ਜੀਵਨ ਉਹਨਾਂ ਦਾ ਉਵੇਂ ਨਹੀਂ ਹੁੰਦਾ, ਬਿਲਕੁਲ। ਇੱਕ ਡੈਸਕ ਤੋਂ ਉੱਠ ਕੇ ਖੁਦ ਫੀਲਡ ਦੇ ਵਿੱਚ ਆ ਕੇ ਇੱਕ ਆਪਣੀ ਉਦਾਹਰਣ ਦੇਣੀ, ਜਿਸ ਤਰ੍ਹਾਂ ਇਹਨਾਂ ਨੇ ਬਲੱਡ ਡੋਨੇਟ ਕਰਦੇ ਵੀ ਰਿਹਾ, ਅੱਜ ਵੀ ਆਪਣੀ ਕਿਤਾਬ ਇੱਕ ਬਹੁਤ ਵਧੀਆ ਢੰਗ ਨਾਲ ਇੱਕ ਮੈਸੇਜ ਦਿੱਤਾ, ਇੱਕ ਸੁਨੇਹਾ ਦਿੱਤਾ ਕਿ ਆਪਾਂ ਇੱਕ ਕਿਸੇ ਕਾਰਜ ਨੂੰ ਕਰਕੇ ਜਿਸ ਤਰ੍ਹਾਂ ਬਲੱਡ ਡੋਨੇਟ ਕੀਤਾ, ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਾਸਤੇ ਮੈਸੇਜ ਵੀ ਦਿੱਤਾ, ਸੋ ਸਾਡੇ ਦਰਸ਼ਕ ਇਸ ਗੱਲ ਨੂੰ ਸਮਝਣਗੇ, ਨੋਟ ਕਰਨਗੇ। ਸੋ ਵੀਰ ਸਾਹਿਬ, ਤੁਹਾਨੂੰ ਇੱਕ ਵਿਅੰਗਕ ਲੇਖਕ ਵਜੋਂ ਜਾਣਿਆ ਜਾਂਦਾ ਆਮ ਤੌਰ 'ਤੇ, ਕੀ ਅੰਦਰਲੇ ਤੁਹਾਡਾ ਜਿਹੜਾ ਲੇਖਕ ਹੈ, ਕੀ ਹੋਰ ਵਿਧਾ 'ਤੇ ਵੀ ਤੁਸੀਂ ਉਹ ਆਪਣੀ ਕਰਦੇ ਹੋ ਤੁਸੀਂ? ਬਿਲਕੁਲ ਹਾਂਜੀ, ਪਰ ਇਸ ਵਕਤ ਮੈਂ ਸਿਰਫ ਥੋੜ੍ਹਾ ਜਿਹਾ ਖੇਤਰ ਨੂੰ ਚੁਣਨ ਦੀ ਕੋਸ਼ਿਸ਼ ਕਰੀ ਹੈ ਵੀ ਵਿਅੰਗਤ 'ਚ ਨਾ ਅੱਜ ਕੱਲ੍ਹ ਬਹੁਤ ਘੱਟ ਲਿਖਿਆ ਜਾ ਰਿਹਾ, ਖਾਸ ਕਰਕੇ ਕਾਵਿ ਵਿਅੰਗ ਆ ਜਿਹੜਾ, ਤਾਂ ਕਰਕੇ ਹੋ ਸਕਦਾ ਵੀ ਮੇਰੀ ਜਿਹੜੀ ਆਉਣ ਵਾਲੀ ਕਿਤਾਬ ਆ ਉਹ ਕਿਸੇ ਹੋਰ ਵਿਧਾ 'ਤੇ ਹੋਵੇ, ਜ਼ਰੂਰੀ ਨਹੀਂ ਵੀ ਮੈਂ ਇਸੇ ਪਾਸੇ ਹੋਵਾਂ, ਪਰ ਜੇ ਮੈਨੂੰ ਸਫਲਤਾ ਇੱਥੇ ਮਿਲ ਗਈ ਤਾਂ ਵਿਅੰਗ ਵੀ ਲਿਖਣਾ ਜ਼ਰੂਰੀ ਹੈ, ਕਿਉਂਕਿ ਸਮਾਜ ਦਾ ਜਿਹੜਾ ਦੁੱਖ ਹੈ ਉਹ ਵੀ ਅੱਗੇ ਲਿਆਉਣਾ ਬਣਦਾ ਅਤੇ ਹਸਾਉਣਾ ਵੀ ਬਣਦਾ, ਦੋਨੇ ਵੱਡੀਆਂ ਸਮੱਸਿਆਵਾਂ ਸਾਨੂੰ, ਕਿਉਂਕਿ ਅੱਜ ਕੱਲ੍ਹ ਹਰੇਕ ਬੰਦਾ ਟੈਨਸ਼ਨਾਂ ਦੇ ਵਿੱਚ ਇੰਨੀ ਜ਼ਿੰਦਗੀ ਹੈ ਉਹ ਬਿਲਕੁਲ ਗਵਾ ਚੁੱਕੇ ਹੈ, ਅਤੇ ਸਾਡੀ ਕੋਸ਼ਿਸ਼ ਇਹੀ ਹੈ ਵੀ ਅਸੀਂ ਮਤਲਬ ਹਾਸੇ ਮਤਲਬ ਜਿੰਨੀ ਕੁ ਇੱਕ ਯੁੱਗ ਨੂੰ ਵਾਂਗੂ ਜਿੰਨਾ ਕੁ ਚਾਨਣ ਕਰ ਸਕੀਏ ਉਨਾ ਕੁ ਅਸੀਂ ਚਾਨਣ ਜ਼ਰੂਰ ਕਰਾਂਗੇ। ਵੀਰ ਸਾਹਿਬ, ਇੱਕ ਜਿਹੜੀ ਤੁਹਾਡੀ ਇੱਕ ਹੋਰ ਵੀ ਖਾਸੀਅਤ ਹੈ, ਤੁਹਾਡੀ ਜਿਹੜੀ ਕਵਿਸ਼ਰੀ ਹੈ, ਕਵਿਸ਼ਰੀ ਕਹਿਣ ਦੀ ਜਿਹੜੀ ਦੇਖਿਆ ਮੈਂ ਵੀ ਸੁਣੀ ਹੈ, ਸੋ ਸਾਡੇ ਦਰਸ਼ਕਾਂ ਲਈ ਵੀ ਕੋਈ ਨਾ ਕੋਈ ਆਪਣਾ ਉਹ ਰੰਗ ਜ਼ਰੂਰ ਸਾਡੇ ਦਰਸ਼ਕਾਂ ਲਈ। ਸ਼ਿਮਲੇ ਗਏ ਸੀਗੇ, ਉੱਥੇ ਕਿਵੇਂ ਕਿਵੇਂ ਗਏ ਉਹਦੇ ਇੱਕ ਦੋ ਬੰਦ ਜ਼ਰੂਰ ਸੁਣਾਉਣਾ। ਗੱਡੀ
ਅਸੀਂ ਬਠਿੰਡਿਓ ਚੜ ਗਏ, ਗੱਡੀ ਅਸੀਂ ਬਠਿੰਡਿਓ ਚੜ ਗਏ, 1-2-8 ਨੰਬਰ ਵਿੱਚ ਵੜ ਗਏ, 1-2-8 ਨੰਬਰ ਵਿੱਚ ਵੜ ਗਏ, ਕਾਲ ਕਜਾ ਕੇ ਖਾਧੀਆਂ ਰੋਟੀਆਂ ਪੱਕੀਆਂ ਸੀ ਤੰਦੂਰ ਦੀਆਂ, ਨਹੀਂ ਭੁਲਾਈਆਂ ਓਏ ਨਹੀਂ ਭੁਲਾਇਆ, ਭੁੱਲਣੀਆਂ ਯਾਦਾਂ ਸ਼ਿਮਲੇ ਵਾਲੇ ਟੂਰ ਦੀਆਂ, ਨਹੀਂ ਭੁਲਾਈਆਂ ਭੁੱਲਣੀਆਂ ਯਾਦਾਂ ਸ਼ਿਮਲੇ ਵਾਲੇ ਟੂਰ ਦੀਆਂ, ਹੈ ਸੀ ਵਿਜੇ ਭੱਟ ਦਾ ਕਹਿਣਾ, ਹੈ ਸੀ ਵਿਜੇ ਭੱਟ ਦਾ ਕਹਿਣਾ, ਆਪਾਂ ਵਿੱਚ ਡਿਸਪਲਨ ਰਹਿਣਾ, ਆਪਾਂ ਵਿੱਚ ਡਿਸਪਲਨ ਰਹਿਣਾ, ਕੱਲਾ ਛੱਡੋ ਫਤੂਰ ਦੀਆਂ, ਨਹੀਂ ਭੁਲਾਇਆ ਭੁੱਲਣੀਆਂ ਯਾਦਾਂ ਸ਼ਿਮਲੇ ਵਾਲੇ ਟੂਰ ਦੀਆਂ, ਨਹੀਂ ਭੁਲਾਇਆ ਭੁੱਲਣੀਆਂ ਯਾਦਾਂ ਸ਼ਿਮਲੇ ਵਾਲੇ ਟੂਰ ਦੀਆਂ, ਸਕਾਊਟ ਹੱਟ ਦੇ ਵਿੱਚ ਸੀ ਰਹਿੰਦੇ, ਸਕਾਊਟ ਹੱਟ ਦੇ ਵਿੱਚ ਸੀ ਰਹਿੰਦੇ, ਠੰਡੇ ਪਾਣੀ ਨਾ ਲੈਂਦੇ, ਠੰਡੇ ਪਾਣੀ ਨਾ ਲੈਂਦੇ, ਹੋ ਠੰਡੀ ਠੰਡੀ ਚਾਹ ਪੀ ਕੇ ਸਿਫਤਾਂ ਕਰਦੇ ਉਥੋਂ ਦੇ ਦਸਤੂਰ ਦੀਆਂ, ਨਹੀਂ ਭੁਲਾਇਆ ਭੁੱਲਣੀਆਂ ਯਾਦਾਂ ਸ਼ਿਮਲੇ ਵਾਲੇ ਟੂਰ ਦੀਆਂ, ਨਹੀਂ ਭੁਲਾਇਆ ਭੁੱਲਣੀਆਂ ਯਾਦਾਂ ਸ਼ਿਮਲੇ ਵਾਲੇ ਟੂਰ ਦੀਆਂ। ਭੁੱਲ ਜੇ ਗਿਆ ਜੀ ਮੈਂ, ਬਸ ਟੂਰ ਬਹੁਤ ਵਧੀਆ ਜਿਹੜੀ ਕਵਿਸ਼ਰੀ ਦਾ ਆਪਣਾ ਰੰਗ ਪੇਸ਼ ਕੀਤਾ। ਸੋ ਆਪਾਂ ਥੋੜ੍ਹਾ ਜਿਹਾ ਇਹਨਾਂ ਦੀ ਕਿਤਾਬ ਬਾਰੇ ਕਮੈਂਟ ਲੈਂਦੇ ਹਾਂਗੇ। ਸਭ ਤੋਂ ਪਹਿਲਾਂ ਆਪਾਂ ਬੀਟ ਸਾਹਿਬ ਦੀ ਬੇਟੀ ਤੋਂ ਹੀ ਪੁੱਛਦੇ ਹਾਂ, ਤੁਹਾਡੇ ਜਿਹੜੇ ਪਾਪਾ ਲੇਖਕ ਹੈ ਅਤੇ ਤੁਹਾਨੂੰ ਉਹਨਾਂ ਦਾ ਜਿਹੜੀਆਂ ਕਿਤਾਬਾਂ ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਤੋਂ ਕੋਈ ਮੈਸੇਜ ਲਿਆ ਤੁਸੀਂ ਖੁਦ? ਹਾਂਜੀ ਕਈ ਮੈਂ ਪੜ੍ਹਦੀ ਹੈਗੀ, ਹੁਣ ਮੈਂ ਪੜ੍ਹੀਆਂ ਹੈਗੀਆਂ ਅਤੇ ਮੈਨੂੰ ਬਹੁਤ ਸੋਹਣੀਆਂ ਲੱਗੀਆਂ, ਪੇਜਿਸ ਕੁਛ ਕੁ ਪੜ੍ਹੇ ਸੀਗੇ ਮੈਂ, ਮੈਨੂੰ ਬਹੁਤ ਵਧੀਆ ਲੱਗੀ। ਇੱਕ ਹੋਰ ਚੀਜ਼ ਆ ਕਿ ਜਿਹੜੇ ਲੇਖਕ ਹੁੰਦੇ ਆ ਉਹਨਾਂ ਤੋਂ ਘਰ ਦੇ ਥੋੜ੍ਹਾ ਜਿਹਾ ਦੁਖੀ ਹੁੰਦੇ ਆ, ਅਤੇ ਤੁਸੀਂ ਵੀ ਇਸ ਬਾਰੇ ਆਪਣੇ ਪਾਪਾ ਬਾਰੇ ਅਤੇ ਤੁਹਾਡੀ ਮੰਮੀ ਹੁੰਦੇ ਤਾਂ ਹੋਰ ਗੱਲ ਸੀ, ਪਰ ਤੁਸੀਂ ਦੱਸੋ ਕਿਵੇਂ ਹੋ, ਕਿਵੇਂ ਲੱਗਦਾ? ਫਿਲਹਾਲ ਤਾਂ ਮੈਨੂੰ ਵਧੀਆ ਲੱਗਦਾ ਕਿਉਂਕਿ ਮੈਂ ਵੀ ਕਦੇ ਕਦੇ ਕੁਛ ਨਾ ਕੁਛ ਲਿਖ ਲੈਂਦੀ ਹੈਗੀ ਸਿੱਖ ਕੇ, ਅਤੇ ਬਟ ਇੱਕ ਪ੍ਰੋਬਲਮ ਹੈਗੀ ਕਿ ਜਦੋਂ ਵੀ ਪਾਪਾ ਲਿਖਦੇ ਆ ਉਹ ਸਿਰਫ ਪੇਜਿਸ 'ਤੇ ਲਿਖਦੇ ਹੈਗੇ, ਉਹ ਐਂ ਨਹੀਂ ਕਿ ਵੀ ਨੋਟਬੁੱਕਸ 'ਤੇ ਲਿਖ ਲੈਣ, ਪਰ ਨਹੀਂ ਫਿਰ ਉਹ ਇੱਧਰ ਰੱਖ ਲੈਂਦੇ ਆ, ਫਿਰ ਮੈਨੂੰ ਐਵੇਂ ਸਫਾਈ ਵਧੀਆ ਲੱਗਦੀ ਹੈ ਕਿ ਨਹੀਂ ਇੱਦਾਂ ਨਹੀਂ। ਬਹੁਤ ਖੂਬ ਬੱਚੇ ਨੇ ਦੱਸਿਆ ਬੇਟੀ ਬੀੜ ਸਾਹਿਬ ਦੇ। ਹਾਂ ਔਲਖ ਸਾਹਿਬ ਤੁਸੀਂ ਖੁਦ ਵੀ ਲੇਖਕ ਹੋ, ਹਾਂਜੀ, ਤੁਸੀਂ ਕਿਵੇਂ ਦੇਖਦੇ ਹੋ ਬੀੜ ਸਾਹਿਬ ਦੀਆਂ ਰਚਨਾਵਾਂ ਬਾਰੇ, ਔਰ ਖਾਸ ਕਰ ਅੱਜ ਦੀ ਜਿਹੜੀ ਕਿਤਾਬ ਹੈ ਜਿਸ 'ਤੇ ਆਪਾਂ? ਬੇਸ਼ੱਕ ਸਾਡਾ ਵਾਹ ਵਾਸਤਾ ਬਾਈ ਬੀੜ ਸਾਹਿਬ ਨਾਲ ਥੋੜ੍ਹੇ ਰਹਿੰਦੇ ਹੀ ਹੈ, ਪਰ ਇਹਨਾਂ ਦੀ ਲੇਖਣੀ ਤੋਂ ਅਸੀਂ ਬਹੁਤ ਪ੍ਰਭਾਵਿਤ ਹੋਏ ਹਾਂ, ਕਿਉਂਕਿ ਸਮਾਜ ਨੂੰ ਬਹੁਤ ਵੱਡੀ ਦੇਣ ਇਹਨਾਂ ਦੀ, ਬਹੁਤ ਵਧੀਆ ਵਿੰਗਮਈ ਲੇਖਕ ਹੈ ਇਹ। ਅਤੇ ਨਵੀਂ ਜਿਹੜੀ ਹੁਣ ਕਿਤਾਬ ਆਈ ਹੈ ਇਹਨਾਂ ਦੀ, ਵੈਸੇ ਤਾਂ ਅਸੀਂ ਵਾਚਨੀ ਹੈ ਪਰ ਨਾਂ ਤੋਂ ਹੀ ਪਤਾ ਲੱਗ ਜਾਂਦਾ, ਕਿਉਂਕਿ ਸਮਾਜ ਦੇ ਵਿੱਚ ਜਿਹੜੀ ਅੱਜ ਜ਼ਰੂਰਤ ਹੈ, ਸਭ ਤੋਂ ਵੱਡੀ ਤਾਂ ਗੱਲ ਇਹ ਵੀ ਸੱਚ ਕਹਿਣ ਦੀ ਹਿੰਮਤ ਹਰ ਇੱਕ ਬੰਦੇ 'ਚ ਨਹੀਂ ਹੈ। ਬਿਲਕੁਲ ਸਹੀ ਹੈ ਇਹ ਬਾਈ ਗੁਰਸੇਵਕ ਬੀੜ ਦੇ ਵਿੱਚ ਬਾਖੂਬੀ ਇਹ ਜਿਹੜੀ ਸਿਫਤ ਇਹਦੀ ਕਰਨੀ ਬਣਦੀ ਹੈ। ਸਾਡੇ ਨਾਲ ਰੰਗੀਲਾ ਸਾਹਿਬ ਨੇ, ਰੰਗੀਲਾ ਸਾਹਿਬ ਬੀੜ ਸਾਹਿਬ ਨੇ ਜਿਹੜੇ ਪੁਰਾਣੀਆਂ ਵੀ ਰਚਨਾਵਾਂ ਨੇ, ਕੀ ਮੈਸੇਜ ਹੈ ਉਹਨਾਂ ਦਾ ਜਾਂਦਾ ਮੇਨ? ਰਮਾਣਾ ਜੀ ਪਹਿਲੀ ਗੱਲ ਤਾਂ ਮੈਂ ਬਹੁਤ ਬਹੁਤ ਮੁਬਾਰਕ ਦਿੰਦਾ ਸਾਡੇ ਵੀਰ ਗੁਰਸੇਵਕ ਬੀੜ ਨੂੰ। ਜੀ ਜੀ ਅਤੇ ਕਹਿੰਦੇ ਹੁੰਦੇ ਆ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ। ਕਵੀ ਹਾਸ ਵਿਅੰਗ ਗੁਰਸੇਵਕ ਬੀੜ ਜੀ ਦਾ ਅੱਜ ਰਿਲੀਜ਼ ਹੋਇਆ ਚਮਚੇ, ਅਤੇ ਇੱਕ ਸਮਾਜਿਕ ਤੌਰ 'ਤੇ ਰਾਜਨੀਤਿਕ ਤੌਰ 'ਤੇ ਆਪਾਂ ਇਸ ਨੂੰ ਲੈ ਕੇ ਚੱਲੀਏ, ਬੜੇ ਵਧੀਆ ਢੰਗ ਨਾਲ ਇਹਨਾਂ ਨੇ ਪੇਸ਼ ਕੀਤਾ ਵਾ, ਔਰ ਕਿਉਂਕਿ ਸ਼ੁਰੂ ਤੋਂ ਇਹ ਸਮਾਜਿਕ ਪੱਖਾਂ ਨੂੰ ਲੈ ਕੇ ਚੱਲਦੇ ਆ ਰਹੇ ਆ, ਖੂਨਦਾਨ ਲਹਿਰ ਦੇ ਵਿੱਚ ਇੱਕ ਬੜਾ ਵੱਡਾ ਯੋਗਦਾਨ। ਉੱਥੇ ਕਵਿਤਾਵਾਂ ਵੀ ਲਿਖਦੇ, ਖੂਨਦਾਨ ਨੂੰ ਉਤਸ਼ਾਹ ਕਰਨ ਲਈ ਸਲੋਗਨ ਵੀ ਲਿਖਦੇ ਆ, ਜੋ ਕਿ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਹੈ, ਕਿਉਂਕਿ ਜਾਗਰੂਕਤਾ ਜਿੰਨੀ ਜ਼ਿਆਦਾ ਫੈਲਾਈ ਜਾਵੇ ਬਹੁਤ ਜ਼ਰੂਰੀ ਹੁੰਦੀ ਹੈ ਉਹ ਚੀਜ਼ਾਂ। ਅਤੇ ਲੇਖਣੀ ਪੱਖੋਂ ਵੀਰ ਮੇਰਾ ਇੱਕ ਕਹਿ ਦਈਏ ਜੇ ਮੌਕੇ 'ਤੇ
ਛੰਦ ਘੜ ਦਿੰਦਾ। ਅੱਜ ਤੁਸੀਂ ਇੱਥੇ ਪਹੁੰਚੇ ਹੋ ਜੀ, ਕੀ ਖਾਸੀਅਤ, ਕੀ ਤੁਹਾਡਾ ਜੁੜਾਵ ਹੈ ਜੀ ਬੀੜ ਸਾਹਿਬ ਨਾਲ? ਦੇਖੋ, ਬੀੜ ਸਾਹਿਬ ਨਾਲ ਅਸੀਂ ਰਚਨਾਵਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਾਂ, ਔਰ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਹਨਾਂ ਨੇ ਇਸ ਕਿਤਾਬ ਦੇ ਵਿੱਚ ਇੱਕ ਸਮਾਜਿਕ ਵਿਅੰਗਾਂ ਨੂੰ ਖੁੱਲ੍ਹ ਕੇ ਲਿਖਣ ਦੀ ਜ਼ੁਰਤ ਵਿਖਾਈ ਹੈ। ਕਿਉਂਕਿ ਜੋ ਇਹਨਾਂ ਦੀ ਸੋਚ ਹੈ ਵੀ ਇੱਕ ਲਿਖਾਰੀ ਹੋਣ ਦੇ ਨਾਤੇ ਜੇ ਆਪਾਂ ਸਮਾਜਿਕ ਬੁਰਾਈਆਂ ਨੂੰ, ਚਾਹੇ ਉਹ ਲੀਡਰਾਂ ਦੀਆਂ, ਚਾਹੇ ਬਾਬਿਆਂ ਦੀਆਂ, ਜਾਂ ਕੋਈ ਹੋਰ ਬੁਰਾਈਆਂ ਹੈ, ਜੇ ਉਹਨਾਂ ਨੂੰ ਆਪਾਂ ਅੱਗੇ ਲਿਆ ਕੇ ਲਿਖ ਨਹੀਂ ਸਕਦੇ, ਲੋਕਾਂ ਦੇ ਵਿੱਚ ਲਿਆ ਨਹੀਂ ਸਕਦੇ, ਤਾਂ ਆਪਾਂ ਲਿਖਾਰੀ ਨਹੀਂ ਹੋ ਸਕਦੇ। ਇਸ ਕਿਤਾਬ ਦਾ ਮੁੱਖ ਬੰਦ ਮੇਰੇ ਵੱਲੋਂ ਲਿਖਿਆ ਗਿਆ ਹੈਗਾ, ਬੀੜ ਨਾਲ ਜੁੜਨ ਦੀ ਜਿੱਥੋਂ ਤੀਕ ਗੱਲ ਹੈਗੀ, ਇਹ ਉਹ ਸਮਾਜ ਸੇਵੀ ਨੌਜਵਾਨ ਹੈ ਜਿਸ ਦੇ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਨੇ, ਜੋ ਸਮਾਜ ਦੇ ਵਿੱਚ ਬੁਰਾਈਆਂ ਨੇ ਉਹਨੂੰ ਖਤਮ ਕਰਨ ਵਾਸਤੇ ਇੱਕ ਸੂਰਜ ਦੀ ਤਰ੍ਹਾਂ ਇਹ ਚਮਕਿਆ ਹੋਇਆ ਨੌਜਵਾਨ ਹੈ। ਜੇਕਰ ਇਸ ਨੂੰ ਹਾਈਲਾਈਟ ਕੀਤਾ ਜਾਵੇ, ਇਸ ਦੀ ਮੈਂ ਗੱਲ ਕਰਾਂ ਤਾਂ ਗੁੜੀਆ ਜਿਸ ਨੇ ਹੁਣੇ ਤੁਹਾਡੇ ਸਾਹਮਣੇ ਜਦੋਂ ਇਹ ਬੇਟੀ ਪੈਦਾ ਹੋਈ ਤਾਂ ਪਿੰਡ ਦੇ ਵਿੱਚ ਇਸ ਨੇ ਨਿੰਮ ਬੰਨ ਕੇ ਇਹ ਸ਼ੁੱਧ ਮਤਲਬ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕੁੜੀ ਅਤੇ ਮੁੰਡੇ ਦੇ ਵਿੱਚ ਕੋਈ ਫਰਕ ਨਹੀਂ। ਔਰ ਇਸ ਤੋਂ ਪਹਿਲਾਂ ਇਹ ਇਹਨਾਂ ਦੀ ਪੰਜਵੀਂ ਕਿਤਾਬ ਹੈ, ਚੌਥੀ ਕਿਤਾਬ ਜਦੋਂ ਰਿਲੀਜ਼ ਹੋਈ ਤਾਂ ਇਹਨੇ ਜਦੋਂ ਮੈਨੂੰ ਕਿਤਾਬ ਭੇਂਟ ਕੀਤੀ ਤਾਂ ਵਾਤਾਵਰਣ ਨੂੰ ਦੇਖਦੇ ਹੋਏ ਨਾਲ ਇਹ ਪੌਦਾ ਲੈ ਕੇ ਆਇਆ, ਔਰ ਉਹ ਪੌਦਾ ਅੱਜ ਪੂਰਾ ਮਤਲਬ ਜੋਬਨ 'ਤੇ ਹੈ, ਜਿਸ ਨੇ ਆਕਸੀਜਨ ਵੀ ਦਿੱਤੀ ਔਰ ਇੱਕ ਨਵੀਂ ਪਹਿਲਕਦਮੀ ਵੀ ਇਹਨਾਂ ਨੇ ਕੀਤੀ ਕਿ ਭਾਈ ਜੇ ਕਿਤਾਬਾਂ ਦੇਣੀਆਂ ਤਾਂ ਨਾਲ ਨਾਲ ਅਸੀਂ ਪੌਦੇ ਵੀ ਲਾਓ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬੀੜ ਸਾਹਿਬ ਦੀ ਜਿਹੜੀ ਕਿਤਾਬ ਹੈ ਚਮਚੇ, ਅਸੀਂ ਸਾਰੇ ਦਰਸ਼ਕਾਂ ਨੂੰ ਫਿਰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਜ਼ਰੂਰ ਤੁਸੀਂ ਪੜ੍ਹਿਓ। ਖਰੀਦਣੀ ਕਿੱਥੋਂ ਹੈ? ਤੁਹਾਡਾ ਡਿਸਪਲੇ 'ਤੇ ਨੰਬਰ ਬੀੜ ਸਾਹਿਬ ਦਾ ਅਸੀਂ ਦੇਵਾਂਗੇ, ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ। ਸੋ ਬਠਿੰਡਾ ਦੇ ਵਿੱਚ ਸਟਾਲਾਂ 'ਤੇ ਵੀ ਮਿਲੇਗੀ। ਸੋ ਅਜਿਹੀਆਂ ਜਿਹੜੀਆਂ ਕਿਤਾਬਾਂ ਨੇ ਇਹ ਪੜ੍ਹ ਕੇ ਅਸੀਂ ਆਪਣੇ ਬੱਚਿਆਂ ਨੂੰ ਵੀ ਪੜ੍ਹਾਈਏ ਤਾਂ ਕਿ ਸਮਾਜ ਨੂੰ ਜਿਹੜੀ ਹੈ ਸੇਧ ਮਿਲ ਸਕੇ। ਸੋ ਅੱਜ ਦਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ।